ਮੌਕੇ ਦੀ ਮਹਿਲਾ ਦਾ ਪਰਸ ਖੋ ਕੇ ਭੱਜਿਆ ਲੁਟੇਰਾ। ਪਰਸ ਦੇ ਵਿੱਚ ਸੀ ਮਹਿਲਾ ਦਾ ਯੂਕੇ ਦਾ ਪਾਸਪੋਰਟ, ਆਈਫੋਨ ਅਤੇ 10,000 ਰੁਪਏ ਦੀ ਨਕਦੀ। ਸ਼ੋਪਿੰਗ ਕਰਨ ਦੇ ਲਈ ਮਹਿਲਾ ਘਰ ਤੋਂ ਬਾਹਰ ਨਿਕਲਦੀ ਹੈ, ਬਾਹਰ ਨਿਕਲਦੇ ਹੀ ਗਲੀ ਦੇ ਵਿੱਚ ਉਸਦੇ ਨਾਲ ਦੇਖੋ ਕੀ ਹੋ ਜਾਂਦਾ ਹੈ। ਗਲੀ 'ਚ ਲੱਗੇ ਸੀਸੀਟੀਵੀ ਦੇ ਵਿੱਚ ਇਹ ਘਟਨਾ ਕੈਦ ਹੋਈ ਹੈ, ਜਿਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਲੁਟੇਰੇ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਵੀ ਕਰ ਲਿਆ ਹੈ। ਤਾਂ ਪੁਲਿਸ ਦੀ ਪ੍ਰਾਪਤੀ ਕਹਿ ਸਕਦੇ ਹਾਂ। ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਨੇ NRI ਮਹਿਲਾ ਦੀ ਮਦਦ ਕੀਤੀ ਹੈ, ਕਿਉਂਕਿ ਉਸ ਪਰਸ ਦੇ ਵਿੱਚ ਇਸ ਮਹਿਲਾ ਦਾ ਪਾਸਪੋਰਟ ਵੀ ਸੀ, UK ਦਾ ਪਾਸਪੋਰਟ ਸੀ ਅਤੇ ਕੈਸ਼ ਦੇ ਨਾਲ ਨਾਲ ਲੇਟੈਸਟ ਆਈਫੋਨ ਵੀ ਸੀ, ਜਿਸ ਕਰਕੇ ਮਹਿਲਾ ਬਹੁਤ ਪਰੇਸ਼ਾਨ ਸੀ। ਪਰ ਪੁਲਿਸ ਨੇ ਜਲਦ ਹੀ ਉਸਦੇ ਲੁਟੇਰੇ ਨੂੰ, ਇਸ ਘਿਨੌਣੀ ਹਰਕਤ ਕਰਨ ਵਾਲੇ ਨੂੰ ਜਲਦ ਕਾਬੂ ਕਰ ਲਿਆ ਅਤੇ ਇਸਦਾ ਸਾਥੀ ਵੀ ਜਲਦ ਹੀ ਫੜਿਆ ਜਾਵੇਗਾ। ਆਓ ਪੁਲਿਸ ਦਾ ਇਸ ਉੱਪਰ ਕੀ ਕਹਿਣਾ ਜਾਣ। ਇੱਕ ਲੇਡੀ UK ਤੋਂ ਆਈ ਸੀ, ਇਹ ਨੱਥੂਗੜ੍ਹ ਜਦੀਦ ਦੀ ਰਹਿਣ ਵਾਲੀ, ਹਰਮੀਤ ਕੌਰ ਨਾਂ ਇਹਦਾ। ਇਹ ਇੱਥੇ CIA ਸਟਾਫ ਵਾਲੀ ਗਲੀ 'ਚ ਆਏ ਸੀ, ਦੋ ਮੋਟਰਸਾਈਕਲ ਸਵਾਰ ਇਹਦਾ ਪਰਸ ਖੋਹ ਕੇ ਲੈ ਗਏ ਸੀ। ਅਸੀਂ ਟਰੇਸ ਕਰ ਲਿਆ, ਇੱਕ ਦੋਸ਼ੀ ਫੜ ਲਿਆ, ਇੱਕ ਬਾਕੀ ਆ, ਮੋਟਰਸਾਈਕਲ ਬਰਾਮਦ ਕਰ ਲਿਆ। ਕੀ ਸੀਗਾ ਜੀ ਪਰਸ? ਪਰਸ 'ਚੋਂ ਇੱਕ ਆਈਫੋਨ ਜਿਹੜਾ ਅਸੀਂ ਰਿਕਵਰ ਕਰ ਲਿਆ, ਬਾਕੀ ਕੋਈ ਪੈਸੇ ਦੱਸਦੇ ਸੀ ਉਹ ਤਫਤੀਸ਼ ਜਾਰੀ ਆ। ਇਹ ਨੱਥੂ ਵਾਲੇ ਜਦੀਦ ਦੀ ਰਹਿਣ ਵਾਲੀ ਲੇਡੀ ਆ, ਜਿਹੜੇ ਦੋਸ਼ੀ ਘੱਲ ਕਲਾਂ ਦੇ ਰਹਿਣ ਵਾਲੇ। CCTV ਸਾਹਮਣੇ ਆਉਂਦੇ।